ਕਿਸਾਨ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਕਣਕ ਦੇ ਪੱਤੇ ਨੂੰ ਰਸੇ ਦੀ ਤਰ੍ਹਾਂ ਵਟ ਚੜਿਆ ਹੋਇਆ ਹੈ ਭਾਵੇਂ ਕਿ ਸਾਰੇ ਖੇਤ ਦੇ ਵਿੱਚ ਨਹੀਂ ਹੁੰਦਾ ਕੇਵਲ 5 ਤੋਂ 10% ਏਰੀਏ ਦੇ ਵਿੱਚ ਹੀ ਹੁੰਦਾ ਹੈ ਪਰੰਤੂ ਕਿਸਾਨ ਦੀ ਤਾਂ ਪਰੇਸ਼ਾਨੀ ਹੈ ਨਾ ਵੀ ਇਹ ਵਟ ਕਿਉਂ ਚੜ ਗਿਆ ਤਾਂ ਇਹਦੇ ਕਈ ਕਾਰਨ ਹੁੰਦੇ ਆ ਕੋਈ ਇੱਕ ਕਾਰਨ ਨਹੀਂ ਵੀ ਵਟ ਕਿਉਂ ਚੜ ਗਿਆ ਤਾਂ ਉਹਨਾਂ ਕਾਰਨਾਂ ਦੇ ਵਿੱਚੋਂ ਜਿੰਨੇ ਕੋ ਕਾਰਨ ਮੈਂ ਜਾਣਦਾ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਦਾ ਹਾਂ ਇਹ ਸ਼ਬਦ ਮੈਂ ਇਸ ਲਈ ਵਰਤੇ ਹੈ ਕਿਉਂਕਿ ਹੋਰ ਵੀ ਕਈ ਕਾਰਨ ਹੋਣਗੇ ਜਿਨ੍ਹਾਂ ਬਾਰੇ ਮੈਂ ਨਹੀਂ ਜਾਣਦਾ ਤਾਂ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਕੁਲਦੀਪ ਸਿੰਘ ਸ਼ੇਰਗੜ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਹਜੇ ਤੱਕ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਨਹੀਂ ਕੀਤਾ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਜਿੰਨੀ ਕੋ ਮੇਰੇ ਕੋਲ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਕੈਲਸ਼ੀਅਮ ਦੀ ਘਾਟ ਘਾਦੀ ਘਾਟ ਕੈਲਸ਼ੀਅਮ ਦੀ ਘਾਟ ਇਹ ਪੱਤਾ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਫੋਲਡ ਹੋਇਆ ਇਸ ਤਰੀਕੇ ਦੇ ਨਾਲ ਫੋਲਡ ਹੁੰਦਾ ਤਾਂ ਇਹਨੂੰ ਅਸੀਂ ਕੀ ਕਵਾਂਗੇ ਕੈਲਸ਼ੀਅਮ ਦੀ ਘਾਟ ਹੈ ਤੇ ਟਿਪ ਥੋੜਾ ਜਿਹਾ ਖਰਾਬ ਹੋਏਗਾ ਤਾਂ ਇਹ ਹੈ ਕੈਲਸ਼ੀਅਮ ਦੀ ਘਾਟ ਇਹ ਤੁਸੀਂ ਫੋਟੋ ਹੋਰ ਦੇਖ ਰਹੇ ਹੋ ਪੂਰਾ ਪੱਤੇ ਨੂੰ ਰਸੇ ਦੀ ਤਰ੍ਹਾਂ ਵਟ ਨਹੀਂ ਚੜਿਆ ਕਿਨਾਰੇ ਦਾ ਥੋੜਾ ਜਿਹਾ ਰੰਗ ਬਦਲਿਆ ਹੈਗਾ ਤੇ ਇਹ ਇਸ ਤਰੀਕੇ ਦਾ ਵਟ ਚੜਿਆ ਹੈ ਕੈਲਸ਼ੀਅਮ ਦੀ ਘਾਟ ਹੈ ਕੈਲਸ਼ੀਅਮ ਦੀ ਘਾਟ ਦੇ ਲਈ ਇੱਕ ਚੀਜ਼ ਤੁਸੀਂ ਹੋਰ ਦੇਖ ਸਕਦੇ ਹੋ ਕਿ ਜਿੱਥੇ ਕੈਲਸ਼ੀਅਮ ਦੀ ਘਾਟ ਆਏਗੀ ਉਸ ਜਗ੍ਹਾ ਤੇ ਪੱਤੇ ਦੇ ਵਿਚਾਲੇ ਆ ਪਟਿਆ ਹੋਊਗਾ ਪੱਤਾ ਇਸ ਤਰੀਕੇ ਦਾ ਤਾਂ ਇਹ ਕੈਲਸ਼ੀਅਮ ਦੀ ਘਾਟ ਹੈ ਹੁਣ ਮੈਂ ਵੀਡੀਓ ਇਸ ਤੋਂ ਅੱਗੇ ਸ਼ੁਰੂ ਕਰਾਂ ਮੈਨੂੰ ਇੱਕ ਚੀਜ਼ ਬੋਲਣੀ ਪਏਗੀ ਮੈਂ ਇਹ ਨਹੀਂ ਕਹਿੰਦਾ ਕਿ ਕੈਲਸ਼ੀਅਮ ਦਾ ਸਪਰੇਅ ਕਰਦੇ ਹੋ ਕਾਪਰ ਦਾ ਸਪਰੇਅ ਕਰਦੇ ਹੋ ਫਲਾਨਾ ਸਪਰੇਅ ਕਰਦੇ ਹੋ ਨਹੀਂ ਜਦੋਂ ਆਪਾਂ ਸ਼ੁਰੂ ਚ ਗੱਲ ਕਰਦੇ ਹੁੰਨੇ ਆ ਕਿ ਡੀਐਪ ਥੋੜੀ ਜੀ ਘੱਟ ਕਰ ਲਓ ਨਾਲ ਸੁਪਰ ਦਾ ਗੱਟਾ ਵਧਾ ਲਓ ਜੈਪਸਮ ਪਾ ਲਓ ਤਾਂ ਇਹਨਾਂ ਦੇ ਵਿੱਚੋਂ ਤੱਤ ਆਪਣੇ ਆਪ ਹੀ ਪੂਰੇ ਹੁੰਦੇ ਰਹਿੰਦੇ ਆ ਪਰੰਤੂ ਯੂਰੋਸੀ ਗਲਤੀਆਂ ਕਰਦੇ ਆ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ ਤਾਂ ਉਸ ਸਮੇਂ ਸਾਨੂੰ ਇਹੋ ਜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਸਰੀ ਗੱਲ ਦੂਸਰਾ ਪੁਆਇੰਟ ਇਹ ਹੈਗਾ ਕਿ ਨਦੀਨ ਆਸ਼ਕ ਦੇਖੋ ਦੋਸਤੋ ਜਦੋਂ ਤੁਸੀਂ ਨਦੀਨ ਆਸ਼ਕ ਸਹੀ ਟਾਈਮ ਤੇ ਨਹੀਂ ਵਰਤੋਂਗੇ ਹੁਣ ਆ ਦੇਖੋ ਕਈ ਵੀਰ ਤੇ ਇਹ ਸ਼ੇਅਰ ਕਰ ਰਹੇ ਹੁੰਦੇ ਆ ਕਿ ਮੇਰੇ ਸ਼ਿੱਟੇ ਨੂੰ ਦੋ ਦੋ ਸ਼ਿੱਟੇ ਬਣ ਗਏ ਇਹ 240 ਸਹੀ ਟਾਈਮ ਤੇ ਸਪਰੇਅ ਕਰ ਨਾ ਕਰਨ ਦਾ ਨਤੀਜਾ ਹੈ ਹੁੰਦਾ ਕੀ ਹੈ ਕਿ ਕੁਝ ਵੀਰਾਂ ਨੇ ਸਾਡਿਆਂ ਨੇ ਇੱਕ ਕੰਮ ਫੜਿਆ ਹੈ ਕਿ ਵੀ ਅਸੀਂ ਗਮਰਾਹ ਹੀ ਕਰਨਾ ਹੈ ਸਾਰੀਆਂ ਯੂਨੀਵਰਸਿਟੀਆਂ ਸਾਰੀ ਦੁਨੀਆ ਦੇ ਰਿਸਰਚ ਸੈਂਟਰ ਇੱਕ ਪਾਸੇ ਤਾਂ ਕਈ ਕਿਸਾਨ ਵੀਰ ਉਹਦੇ ਉਲਟ ਜਾ ਕੇ ਪਹਿਲਾ ਪਾਣੀ ਲੇਟ ਕਰਦੇ ਐ ਜਦੋਂ ਪਹਿਲਾ ਪਾਣੀ ਲੇਟ ਕਰ ਦਿੱਤਾ ਤਾਂ ਸਿੱਧੀ ਜੀ ਗੱਲ ਹੈ ਕਿ ਨਦੀਨ ਆਸ਼ਕ ਸਪਰੇਅ ਵੀ ਲੇਟ ਹੋਊਗਾ ਜਦੋਂ ਨਦੀਨ ਆਸ਼ਕ ਸਪਰੇਅ ਲੇਟ ਕਰਦੇ ਹੋ ਤੁਸੀਂ ਤਾਂ ਉਹ ਸਮੇਂ ਛਿੱਟਾ ਇਸ ਤਰੀਕੇ ਦੇ ਨਾਲ ਫੋਲਡ ਹੁੰਦਾ ਹੁਣ ਇਹ ਕੱਲਾ ਨਦੀਨ ਆਸ਼ ਕਰਕੇ ਨਹੀਂ ਹੈਗਾ ਇਹ ਤਾਪਮਾਨ ਕਰਕੇ ਵੀ ਹੁੰਦਾ ਹੈ ਤੇ ਪੱਤੇ ਵੀਗੇ ਟੱਡੇ ਹੋ ਜਾਂਦੇ ਐ ਇਹ ਪੱਤੇ ਦੇਖੋ ਫੋਲਡ ਹੋਇਆ ਹੋਇਆ ਪੂਰਾ ਤੇ ਛਿੱਟਾ ਜਿਹੜਾ ਹੈਗਾ ਉਹ ਖਰਾਬ ਨਿਕਲਦਾ ਇਹ ਤੁਹਾਡਾ 240 ਵਗੈਰਾ ਜਿਹੜੇ ਸਪਰੇਅ ਕੀਤੇ ਆ ਉਹਦੇ ਨਾਲ ਹੁੰਦਾ ਇਹ ਦੁਬਾਰਾ ਫੇਰ ਇਹਨੂੰ ਚੰਗੇ ਤਰੀਕੇ ਨਾਲ ਦੇਖ ਲਓ ਕਿ ਜੇਕਰ 240 ਦਾ ਸਪਰੇਅ ਲੇਟ ਕੀਤਾ ਤਾ ਪੱਤਾ ਵੀ ਫੋਲਡ ਹੋਏਗਾ ਤੇ ਵਿੱਚ ਜਿਹੜਾ ਛਿੱਟਾ ਹੈਗਾ ਇਸ ਤਰੀਕੇ ਦਾ ਨਿਕਲੇਗਾ ਤਾਂ ਇਹਦਾ ਮਤਲਬ ਇਹ ਹੋ ਗਿਆ 240 ਜਾਂ ਗਰੁੱਪ B ਜਿਹੜੇ ਨਦੀਨ ਨਾਸ਼ਕ ਹੈਗੇ ਆ ਉਹਨਾਂ ਦਾ ਸਪਰੇ ਤੁਸੀਂ ਲੇਟ ਕੀਤਾ ਉਹਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਇਹਦੀ ਇੱਕ ਪਿਕਚਰ ਉੱਪਰ ਵੀ ਹੈ ਇਹ ਵਾਲੀ ਕਈ ਵਾਰੀ ਅਸੀਂ ਗਲਾਈ ਜਿਹੜੀ ਵੱਟਾਂ ਵਾਲੀ ਆਪਣੀ ਸਪਰੇ ਹੁੰਦੀ ਹੈ ਉਹ ਮਾਰਦੇ ਆਂ ਉਹਦੇ ਸਪਰੇਅ ਕਰਕੇ ਜੇਕਰ ਕਣਕ ਦਾ ਪੱਤਾ ਇਸ ਤਰੀਕੇ ਦੇ ਨਾਲ ਮੁੜਦਾ ਤਾਂ ਥੋੜੀ ਜਿਹੜੀ ਵੱਟਾਂ ਵਾਲੀ ਇਹ ਰਾਉਂਡ ਅਪ ਤੁਸੀਂ ਮਾਰਦੇ ਹੋ ਇਹ ਉਹਦੀ ਉਹਦੇ ਕਰਕੇ ਹੈ ਉਹਦਾ ਪ੍ਰਭਾਵ ਪੱਤੇ ਦੇ ਉੱਤੇ ਆ ਗਿਆ ਤਾਂ ਪੱਤਾ ਇਸ ਤਰੀਕੇ ਦਾ ਹੋਏਗਾ ਇਹ ਤੁਸੀਂ ਦੇਖ ਰਹੇ ਹੋ ਨਾ ਕਿ ਝੰਡਾ ਪੱਤਾ ਇਹ ਪੂਰਾ ਖਰਾਬ ਹੋ ਗਿਆ ਵਲਿਆ ਗਿਆ ਤੇ ਉਹਦੇ ਵਿੱਚੋਂ ਇਸ ਤਰੀਕੇ ਦੇ ਨਾਲ ਜਿਹੜੀ ਕਣਕ ਹੈ ਉਹ ਵਿੱਚ ਫਸੀ ਹੋਈ ਹੈ ਤੇ ਕਾਦੇ ਕਰਕੇ ਹੋ ਗਿਆ ਇਹ ਤੁਸੀਂ ਜੇਕਰ ਵਟਾਂ ਤੇ ਜਿਹੜੀ ਆਪਾਂ ਰਾਉਂਡ ਅਪ ਮਾਰਦੇ ਆ ਉਹਦਾ ਇਫੈਕਟ ਹੋ ਗਿਆ ਤੇ ਜਿਹੜਾ ਇਹ ਵਾਲਾ ਹੈਗਾ ਇਹ ਤੁਹਾਡਾ 240 ਦਾ ਇਫੈਕਟ ਹੋ ਗਿਆ 240 ਕਰਕੇ ਹੈ ਤੇ ਇਹ ਜਿਹੜਾ ਪੱਤਾ ਫੋਲਡ ਹੈ 240 ਕਰਕੇ ਹੈ ਜੇਕਰ ਉਹਦੇ ਵਿੱਚੋਂ ਛਿੱਟਾ ਅੜਿਆ ਹੋਇਆ ਹੈ ਜਾਂ ਛਿੱਟਾ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਬਣ ਗਿਆ ਤੇ 240 ਦਾ ਕਾਰਨ ਹੈ ਉਹਦਾ ਸਪਰੇਅ ਲੇਟ ਕੀਤਾ ਤਾਂ ਅੱਗੇ ਚੱਲੀਏ ਮੈਗਨੀਜ਼ ਜੇਕਰ ਤੁਹਾਡਾ ਛਿੱਟਾ ਵਿੰਗਾ ਟੇਡਾ ਨਿਕਲਿਆ ਤੇ ਨਾਲ ਝੰਡਾ ਪੱਤਾ ਵੀ ਵਿੰਗਾ ਟੇਡਾ ਇੱਥੇ ਵੀ ਉਹ ਵੱਲ ਖਾਏਗਾ ਕੁਝ ਜਗ੍ਹਾ ਤੇ ਵੈਸੇ ਔਰੇ ਤੇ ਧਾਰੀਆਂ ਹੋਣਗੀਆਂ ਝੰਡੇ ਪੱਤੇ ਦੇ ਉੱਤੇ ਧਾਰੀਆਂ ਹੋਣਗੀਆਂ ਕਿਹੋ ਜੀਆਂ ਧਾਰੀਆਂ ਹੋਣਗੀਆਂ ਜੀ ਉਹ ਧਾਰੀਆਂ ਜਿਹੜੀਆਂ ਟਡੀਆਂ ਹੈਗੀਆਂ ਉਹ ਸਲੇਟੀ ਭੂਰੀਆਂ ਧਾਰੀਆਂ ਹੋਣਗੀਆਂ ਤਾਂ ਉੱਥੇ ਤੁਹਾਡਾ ਕੀ ਹੈ ਮੈਗਨੀਜ਼ ਦੀ ਘਾਟ ਹੈ ਕਿ ਖੇਚ ਮੈਗਨੀਜ਼ ਦੀ ਘਾਟ ਆ ਗਈ ਤਾਂ ਪੱਤਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੋਇਆ ਹੈ ਹੁਣ ਆ ਨਵਾਂ ਦੇਖੋ ਕਿ ਇਹ ਪੱਤੇ ਨੂੰ ਵਟ ਚੜਿਆ ਹੋਇਆ ਹੈ ਠੀਕ ਹੈ ਇਸ ਤੋਂ ਬਾਅਦ ਦੇ ਵਿੱਚ ਪੱਤੇ ਦਾ ਉਤਲਾ ਐਸਾ ਖਤਮ ਹੋ ਗਿਆ ਇਹ ਛਿੱਟੇ ਦਾ ਤੇ ਪੱਤੇ ਦੇ ਕਿਨਾਰੇ ਇਹ ਖਰਾਬ ਹੋਏ ਹੋਏ ਐ ਜਾਂ ਛਿੱਟਾ ਇਹ ਦੇਖੋ ਨਾਲ ਹੀ ਝੰਡੇ ਪੱਤੇ 'ਚ ਵਲਿਆ ਪਿਆ ਤੇ ਪੱਤੇ ਨੂੰ ਰਸੇ ਵਾਂਗੂ ਵਟ ਚੜਿਆ ਹੈ ਤਾਂ ਇਹ ਦੋਸਤੋ ਟਾੜੀ ਘਾਟ ਹੋ ਗਈ ਹੈ ਕਾਪਰ ਦੀ ਘਾਟ ਦੀ ਨਿਸ਼ਾਨੀ ਹੈ ਸਾਰੇ ਬੁੱਟੇ ਦਾ ਰੰਗ ਜੀ ਹਲਕਾ ਪੀਲਾ ਹੋਏਗਾ ਜੇ ਕਾਪਰ ਦੀ ਘਾਟ ਹੋਏਗੀ ਤਾਂ ਤਾਂ ਦੋਸਤੋ ਆ ਇੱਕ ਘਾਟ ਪੱਤਾ ਇਹ ਵੀ ਵਿੰਗਾ ਹੈ ਇਹ ਦੇਖੋ ਕਿ ਪੱਤੇ ਨੂੰ ਵਟ ਚੜਿਆ ਹੋਇਆ ਜੇ ਇਸ ਤਰੀਕੇ ਦਾ ਵਟ ਚੜਿਆ ਤਾਂ ਇਹ ਘਾਟ ਹੈਗੀ ਇਹ ਕਿਸੇ ਦੀ ਨਹੀਂਗੀ ਇਹ ਮਤਲਬ ਕਿ ਤਾਪਮਾਨ ਠੰਡਾ ਹੈ ਠੰਡ ਦੇ ਕਰਕੇ ਹੋਇਆ ਤੇ ਠੰਡ ਦੇ ਕਰਕੇ ਜੇ ਹੋਇਆ ਤਾਂ ਤੁਹਾਡਾ ਛਿੱਟਾ ਇਸ ਤਰੀਕੇ ਦਾ ਹੋਏਗਾ ਨਾਲ ਹੀ ਜਿਹੜਾ ਝੰਡਾ ਪੱਤਾ ਹੈਗਾ ਥੋੜਾ ਜਿਹਾ ਵੱਲ ਖਾਦਾ ਜਰੂਰ ਹੋਏਗਾ ਤੇ ਉਹਦੇ ਜਿਹੜੇ ਕਿਨਾਰੇ ਆ ਉਹ ਇਸ ਤਰੀਕੇ ਦੇ ਖਰਾਬ ਹੋਣਗੇ ਤਾਂ ਇਹ ਠੰਡ ਕਰਕੇ ਹੈ ਤੇ ਇਸ ਤੋਂ ਅੱਗੇ ਜਦੋਂ ਠੰਡ ਤੇ ਨਾਲ ਤੁਹਾਡਾ ਇਹ ਰਲਿਆ ਹੋਊਗਾ 240 ਤਾਂ ਉਸ ਟਾਈਮ ਤੇ ਆ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਰਸ਼ੀਅਨ ਕਣਕ ਦਾ ਐਫਰਡ ਤੇ ਇੱਕ ਕਣਕ ਦੀ ਮਾਈਟ ਹੁੰਦੀ ਹੈ ਲੀਫ ਕਰਲ ਮਾਈਟ ਉਹਦੇ ਕਰਕੇ ਵੀ ਪੱਤੇ ਗੋਲ ਹੋ ਜਾਂਦੇ ਆ ਰੱਸੇ ਵਾਂਗੂ ਵਟ ਚੜ ਜਾਂਦਾ ਪਰ ਸਾਡੇ ਹਜੇ ਤੱਕ ਉਹਨਾਂ ਦੀ ਕੋਈ ਦਿੱਕਤ ਦੇਖਣ ਨੂੰ ਨਹੀਂ ਮਿਲੀ ਹੈਗੀ ਇਹ ਤੁਹਾਡਾ 240 ਕਰਕੇ ਹੋਇਆ ਪਿਆ ਤੇ ਇਹਦੇ ਨਾਲ ਨਾਲ ਬੋਰਨ ਦੀ ਘਾਟ ਇਹ ਉਹ ਛਿੱਟੇ ਆ ਜਿਨ੍ਹਾਂ ਦੇ ਵਿੱਚ ਬੋਰਨ ਪੂਰਾ ਹੈ ਤੇ ਨਾਲ ਦੇ ਛਿੱਟਿਆਂ ਦੇ ਵਿੱਚ ਬੋਰਨ ਦੀ ਘਾਟ ਹੈ ਬੋਰਨ ਦੀ ਘਾਟ ਦੇ ਵਿੱਚ ਵੀ ਇਹ ਦੇਖੋ ਪੱਤਾ ਜਿਹੜਾ ਹੈਗਾ ਵੱਲ ਖੰਦਾ ਹੈ ਵੱਟ ਚੜਦਾ ਹੈ ਪਰੰਤੂ ਟੱਪ ਮਰ ਜਾਂਦਾ ਤੇ ਬੋਰਾਂ ਦੀ ਘਾਟ ਜੇਕਰ ਦੇਖਣੀ ਹੈ ਤਾਂ ਪੱਤੇ ਦੇ ਉੱਪਰਲੇ ਪਾਸੇ ਕਿਨਾਰੇ ਤੇ ਐ 1 8 ਵਜੇ ਹੋਣਗੇ ਹੁਣ ਆਪਾਂ ਕੀ ਕੀ ਕਰ ਲਿਆ ਵੀ ਜੇਕਰ ਪੱਤਾ ਟਾੜਾ ਵਿਚਾਲਿਓਂ ਪਾਟਿਆ ਵੀ ਹੈਗਾ ਤੇ ਨਾਲ ਨਾਲ ਉਹਨੂੰ ਇਸ ਤਰੀਕੇ ਦਾ ਵੱਟ ਚੜਿਆ ਤਾਂ ਕੈਲਸ਼ੀਅਮ ਦੀ ਘਾਟ ਜੇਕਰ ਟਾੜਾ ਛਿੱਟਾ ਵੀ ਮੁੜਿਆ ਹੋਇਆ ਤੇ ਪੱਤੇ ਉਤੇ ਸਲੇਟੀ ਭੂਰੀਆਂ ਧਾਰੀਆਂ ਪੱਤੇ ਨੂੰ ਥੋੜਾ ਵੱਟ ਵੀ ਚੜਿਆ ਵਿੰਗਾ ਡੇਡਾ ਪੱਤਾ ਤਾਂ ਤੁਹਾਡਾ ਮੈਗਨੀਜ਼ ਦੀ ਘਾਟ ਜੇਕਰ ਆਹ ਵਾਲੀ ਚੀਜ਼ ਹੈਗੀ ਹੈ ਇਸ ਤਰੀਕੇ ਦਾ ਤਾਂ ਇਹਦਾ ਮਤਲਬ ਕਿ ਵੱਟਾਂ ਵਾਲੀ ਸਪਰੇ ਦੇ ਕਰਕੇ ਹੋ ਗਿਆ ਜੇਕਰ ਆਹ ਚੀਜ਼ ਦਿਖ ਰਹੀ ਹੈ ਤਾਂ ਇਹਦਾ ਮਤਲਬ ਕਿ 24D ਦਾ ਜਾਂ ਚੌੜੇ ਪੱਤਿਆਂ ਵਾਲੇ ਜਿਹੜੇ ਸਪਰੇ ਆ ਉਹ ਆਪਾਂ ਲੇਟ ਕੀਤੇ ਹੈ ਕਲੀਅਰ ਹੈ ਤੇ ਇਸ ਤੋਂ ਬਿਨਾ ਜੇ ਇਸ ਤਰੀਕੇ ਦਾ ਵਟ ਹੈ ਜਾਂ ਇਹ ਚੀਜ਼ ਬਣੀ ਹੋਈ ਹੈ ਖੇਤ ਦੇ ਵਿੱਚ ਜਾਂ ਇਹ ਚੀਜ਼ ਬਣੀ ਹੋਈ ਹੈ ਤਾਂ ਇਹਦਾ ਮਤਲਬ ਕਿ ਖੇਤ ਦੇ ਵਿੱਚ ਕਾਪਰ ਦੀ ਘਾਟ ਹੈ ਤੇ ਜੇਕਰ ਤੁਹਾਡੇ ਖੇਤ ਦੇ ਵਿੱਚ ਛਿੱਟਾ ਵਿੰਗਾ ਜਿਹਾ ਹੈਗਾ ਤੇ ਨਾਲ ਝੰਡੇ ਪੱਤੇ ਦਾ ਟਿਪ ਵੀ ਇਸ ਤਰ੍ਹਾਂ ਖਰਾਬ ਹੋਇਆ ਹੋਇਆ ਹੈ ਤੇ ਝੰਡੇ ਪੱਤਿਆਂ ਦੇ ਨੂੰ ਜਿਹੜਾ ਹੈਗਾ ਵਟਨਾ ਵਟ ਇਸ ਤਰੀਕੇ ਨਾਲ ਚੜਿਆ ਹੋਇਆ ਹੈ ਦਾ ਇਹਦਾ ਮਤਲਬ ਕਿ ਠੰਡ ਪੈ ਗਈ ਜਾਂ ਠੰਡ ਨੇ ਖਰਾਬ ਕਰਤਾ ਠੰਡ ਨੇ ਇੱਕ ਨੁਕਸਾਨ ਕਰ ਦਿੱਤਾ ਜੇਕਰ ਇੱਕ ਕੱਟ ਹੈ ਪੱਤਿਆਂ ਦੇ ਉੱਤੇ ਟਿਪ ਜਿਹੜਾ ਮਰ ਰਿਹਾ ਤੇ ਇਸ ਪੱਤੇ ਨੂੰ ਕੁਝ ਵਟ ਚੜਿਆ ਹੋਇਆ ਤਾਂ ਇਹਦਾ ਮਤਲਬ ਕਿ ਬੋਰਨ ਦੀ ਘਾਟ ਹੈ ਕਲੀਅਰ ਤਾਂ ਇਸ ਤਰੀਕੇ ਨਾਲ ਜਿਹੜੀਆਂ ਇਹ ਘਾਟ ਹੈਗੀਆਂ ਇਹਨਾਂ ਦਾ ਤੁਹਾਨੂੰ ਅਲੱਗ-ਅਲੱਗ ਪਤਾ ਤੁਸੀਂ ਲਗਾ ਸਕਦੇ ਹੋ ਪਰ ਮੈਂ ਇੱਕ ਚੀਜ਼ ਕਹਾਂਗਾ ਕਿ ਇਹਦੇ ਨਾਲ ਹੁਣ ਕੀ ਬਹੁਤਾ ਲਾਸ ਹੋਣ ਵਾਲਾ ਨਹੀਂ ਹੈਗਾ ਇਹ 5 ਤੋਂ 10% ਬੁੱਟੇ ਹੁੰਦੇ ਆ ਹੁਣ ਅੱਗੇ ਤੋਂ ਮੜਾ ਜਾ ਧਿਆਨ ਕਰ ਲੋ ਕਿ ਕੈਲਸ਼ੀਅਮ ਦੀ ਘਾਟ ਵੀ ਆ ਗਈ ਹੈ ਕਾਪਰ ਦੀ ਘਾਟ ਵੀ ਆ ਗਈ ਹੈ ਬੋਰੋਨ ਦੀ ਘਾਟ ਵੀ ਪਤਾ ਨਹੀਂ ਕਾਦੀ ਕਾਦੀ ਘਾਟ ਆ ਗਈ ਹੈ ਤਾਂ ਜਦੋਂ ਆਪਾਂ ਸ਼ੁਰੂ ਦੇ ਵਿੱਚ ਇਹ ਕਹਿੰਨੇ ਹੁੰਨੇ ਨਾ ਕਿ ਵੀ ਆਹ ਆਹ ਖਾਦਾਂ ਰਲਾ ਕੇ ਕਰ ਲੋ ਪਾ ਲੋ ਥੋੜਾ ਚੇਂਜ ਕਰ ਲੋ ਤਾਂ ਉਹਨਾਂ ਚੀਜ਼ਾਂ ਵੱਲ ਧਿਆਨ ਦਿਆ ਕਰੋ ਦੇਖੋ ਜੇਸ ਸਾਲ ਤਾਂ ਮੌਸਮ ਹੁੰਦਾ ਵਧੀਆ ਉਹ ਸਾਲ ਤਾਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਗੀ ਜਿਹੜੇ ਸਾਲ ਮੌਸਮ ਦੇ ਵਿੱਚ ਮਾੜੀ-ਮੋਟੀ ਗੜਬੜ ਹੁੰਦੀ ਹੈ ਉਦੋਂ ਮੁੜ ਕੇ ਵੜੇਵੇਂ ਖਾਣੀ ਨਿਤਰਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਕੌਣ ਕਿਸਾਨ ਸੀਗਾ ਤੇ ਕੌਣ ਜਿਹੜਾ ਹੈਗਾ ਇਹ ਤੁੱਕੇ ਲਾਉਣ ਵਾਲਾ ਸੀਗਾ ਜਦੋਂ ਮੌਸਮ ਚੰਗਾ ਹੁੰਦਾ ਉਹ ਸਾਲ ਤੱਕ ਕਿਸੇ ਕਿਸਮ ਦੀ ਦਿੱਕਤ ਨਹੀਂ ਹਰ ਇੱਕ ਦਾ ਜਿਹੜਾ ਹੈਗਾ ਕਣਕ ਵਧੀਆ ਝਾੜ ਕੱਢਦੀ ਹੈ ਸਾਰੀਆਂ ਸਥਿਤੀਆਂ ਅਨੁਕੂਲ ਹੁੰਦੀਆਂ ਪ੍ਰੰਤੂ ਸਾਨੂੰ ਤਿਆਰ ਰਹਿਣਾ ਚਾਹੀਦਾ ਕਿ ਜੇ ਮੌਸਮ ਖਰਾਬ ਹੋ ਗਿਆ ਤਾਂ ਵੀ ਕੀ ਕਰਾਂਗੇ ਕਿਉਂਕਿ ਇਹਨਾਂ ਚੀਜ਼ਾਂ ਦੇ ਖਰਚੇ ਨਹੀਂ ਆਉਂਦੇ ਜਿਵੇਂ ਕਈ ਵੀਰ ਕਮੈਂਟ ਕਰਦੇ ਹੁੰਦੇ ਆ ਕਿ ਯਾਰ ਤੂੰ ਤਾਂ ਉਹ ਵੀ ਘਾਟ ਦੱਸੀ ਆ ਨਾ ਵੀ ਘਾਟ ਦੱਸੀ ਇਹਨਾਂ ਦਾ ਖਰਚੇ ਹੀ ਬੜੇ ਹੋ ਜਾਣਗੇ ਖਰਚਾ ਖਰਚਾ ਕੋਈ ਨਹੀਂ ਆਉਂਦਾ ਜਿਹੜੀ ਡੀਏਪੀ ਤੁਸੀਂ ਪਾਉਣੀ ਹੈ ਡੀਏਪੀ ਉਹ ਨਹੀਂ ਘੱਟ ਕਰ ਦੇਣੀ ਆਪਾਂ ਸੁਪਰ ਪਾ ਦੇਣੀ ਹੈ ਇੱਕ ਗੱਟਾ ਨਾਲ ਜੇਕਰ ਆਪਾਂ ਨੂੰ ਜ਼ਰੂਰਤ ਪਈ ਹੈਗੀ ਹੈ ਕਾਪਰ ਦੀ ਤਾਂ ਪੰਜਾਂ ਸਾਲਾਂ ਚ ਇੱਕ ਵਾਰੀ ਆਪਾਂ ਜਿਹੜਾ ਹੈਗਾ 5 ਕਿਲੋ ਕਾਪਰ ਸਲਫੇਟ ਜ਼ਮੀਨ 'ਚ ਪਾ ਦੇਣਾ ਆਪਾਂ ਜੈਪਸਮ ਜ਼ਮੀਨ 'ਚ ਪਾ ਸਕਦੇ ਹਾਂ ਉਹ ਕਈ ਤਰੀਕੇ ਦੀਆਂ ਘਾਟਾਂ ਦੂਰ ਕਰਦੀ ਹੈ ਤਾਂ ਕੁੱਲ ਮਿਲਾਕੇ ਜੇਰੋਂ ਆਪਾਂ ਨਿਊ ਫਰਟੀਲਾਈਜ਼ਰ ਮੈਨੇਜਮੈਂਟ ਦੀ ਜਿਹੜੀ ਵੀਡੀਓ ਹੁੰਦੀ ਹੈ ਉਹਨੂੰ ਧਿਆਨ ਨਾਲ ਦੇਖਿਆ ਕਰੋ ਧਿਆਨ ਨਾਲ ਦੇਖ ਕੇ ਤੇ ਉਹਦੇ ਅਨੁਸਾਰ ਚੱਲਿਆ ਕਰੋ ਹੁਣ ਗੇਮ ਹੱਥੋਂ ਨਿਕਲ ਚੁੱਕੀ ਹੈ ਮੇਰੇ ਖਿਆਲ 'ਚ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਪੈਸਾ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ